चीनी दे विच गुलाब दा फुल कुटो सब जान दे तां गुलकंद बनदा ए सच्चे दिल नाल तौबा जे करिए बंदा तां शरीयत दा पाबंद बनदा ए फड़ पीर कामल बा अमल होवे ਤਾਂ ਚਿਸ਼ਤੀ ਕਾਦਰੀ ਨਕਸ਼ਮੰਦ ਬਣਦਾ ਏ ਪੜੋ ਪੜੋ ਦਰੂਦ ਹਜ਼ੂਰ ਉੱਤੇ ਤੈਬਾ ਜਾਣ ਦਾ ਤਾਂ ਸਾਮਾਂ ਬਣਦਾ ਏ ਚੁੱਪ ਚੁੱਪ ਬੰਦਾ ਤੇ ਬੋਰ ਲੱਗਦਾ ਏ ਹਾਂ ਯਾਰ ਬੋਰ ਲੱਗਦਾ ਏ ਚੁੱਪ ਚੁੱਪ ਬੰਦਾ ਤੇ ਬੋਰ ਲੱਗਦਾ ਏ ਜੇ ਬੋਲੇ ਤੇ ਹੋਰ ਲੱਗਦਾ ਏ ਪੂਰੇ ਨੱਬੇ ਨੇ ਕੀਆਂ ਲੱਭਦੀਆਂ ਨੇ ਸੁਭਾਨ ਅੱਲਾ ਕਹਿਣ ਤੇ ਕਿਹੜਾ ਜ਼ੋਰ ਲੱਗਦਾ ਏ ਮਿਲ ਕੇ ਕਹਿ ਦੇ ਸੁਭਾਨ ਅੱਲਾ ਸੱਲੱਲਾਹੁ ਅਲੈਹਿ Ya Rasulullah wa sallam alayka ya Habiballah Sade wale sonya nigaah kadon honiya ਸਾਡੇ ਵਾਲੇ ਸੋਹਣਿਆ ਨਿਗਾਹਾਂ ਕਦੋਂ ਹੋਣੀਆਂ ਦੱਸੋ ਮਨਜ਼ੂਰੇ ਦੁਆਵਾਂ ਕਦੋਂ ਹੋਣੀਆਂ ਸਾਡੇ ਵਾਲੇ ਸੋਹਣਿਆ ਇੱਕ ਇੱਕ ਜ਼ਰੇ ਵਿੱਚ ਰੱਖੀਆਂ ਸ਼ਫਾਵਾਂ ਨੇ ਇੱਕ ਇੱਕ ਜ਼ਰੇ ਵਿੱਚ ਰੱਖੀਆਂ ਸ਼ਫਾਵਾਂ ਨੇ ਬੋਸੇ ਤੇਰੇ ਕਦਮਾਂ ਨੂੰ ਦਿੱਤੇ ਜੀ ਨਰਾ ਸਾਡੇ ਉਹ ਨਸੀਬਾਂ ਵਿੱਚ ਰਾਵਾਂ ਕਦੋਂ ਹੋਣੀਆਂ ਸਾਡੇ ਵਾਲੇ ਸੋਹਣਿਆ ਨਿਗਾਹਾਂ ਕਦੋਂ ਹੋਣੀਆਂ ਦੱਸੋ ਮਨ ਸਾਡੇ ਵਾਲੇ ਸੋਹਣਿਆ ਹਰ ਆਸ਼ਿਕ ਦਾ ਜਾਗੀਰ ਮਦੀਨਾ ਸਭ ਸ਼ਹਿਰਾਂ ਦਾ ਪੀਰ ਮਦੀਨਾ ਮਰ ਜਾਵਾਂ ਤੇ ਕਰ ਛੱਡਿਆ ਜੇ ਕਫਨ ਉੱਤੇ ਤਹਰੀਰ ਮਦੀਨਾ ਸਾਡੇ ਵਾਲੇ ਸੋਹਣਿਆ ਨਿਗਾਹਾਂ ਕਦੋਂ ਹੋਣੀਆਂ ਤੇਰੀਆਂ ਜੁਦਾਈਆਂ ਦੀਆਂ ਧੁੱਪਾਂ ਦਿਲ ਸਾੜਿਆ ਇੰਨੀ ਗੱਲ ਦੱਸ ਦੇ ਖੁਦਾਈ ਦੇ ਅਲਾੜਿਆ ਇੰਨੀ ਗੱਲ ਦੱਸ ਧੁੱਪਾਂ ਕਦੋਂ ਮੁੱਕਣੀਆਂ ਇੱਛਾਵਾਂ ਕਦੋਂ ਹੋਣੀਆਂ ਸਾਡੇ ਵਾਲੇ ਸੋਹਣਿਆ ਨਿਗਾਹਾਂ ਕਦੋਂ ਹੋਣੀਆਂ ਦੱਸੋ ਮਨ
ਸਾਡੇ ਵਾਲੇ ਸੋਹਣਿਆ ਇਸ਼ਕ ਦੇ ਬਿਮਾਰਾਂ ਨੂੰ ਤਾਂ ਦਾਰੂ ਕੋਈ ਨਹੀਂ ਚਾਹੀਦਾ ਇਹਨਾਂ ਦਾ ਇਲਾਜ ਦੀਦਾਰ ਸੋਹਣੇ ਮਾਈ ਦਾ ਇਸ਼ਕ ਦੇ ਬਿਮਾਰਾਂ ਨੂੰ ਸ਼ਿਫਾਵਾਂ ਕਦੋਂ ਹੋਣੀਆਂ ਸਾਡੇ ਵੱਲ ਸੋਹਣਿਆ ਨਿਗਾਹਾਂ ਕਦੋਂ ਹੋਣੀਆਂ ਦੱਸੋ ਮਨਜ਼ੂਰ ਦੁਆਵਾਂ ਕਦੋਂ ਹੋਣੀਆਂ ਸਾਡੇ ਵੱਲ ਸੋਹਣਿਆ ਕਾਇਨਾਤ ਦੇ ਰੰਗ ਬਰੰਗ ਖਾਣੇ ਯਾ ਰਸੂਲ ਅੱਲਾ ਯਾ ਹਬੀਬ ਅੱਲਾ ਕਾਇਨਾਤ ਦੇ ਰੰਗ ਬਰੰਗ ਖਾਣੇ ਤੇਰੀ ਜੌਂਆਂ ਦੀ ਰੋਟੀ ਤੋਂ ਮੈਂ ਵਾਰ ਦੇਵਾਂ ਆਸਾ ਮਿਲੇ ਜੇ ਮੂਸਾ ਕਲੀਮ ਵਾਲਾ ਤੇਰੇ ਹੱਥ ਦੀ ਸੋਟੀ ਤੋਂ ਮੈਂ ਵਾਰ ਦੇਵਾਂ ਬਸ ਚੱਲੇ ਜੇ ਸੋਹਣਿਆ ਚੰਨ ਲਾ ਕੇ ਗੁੰਬਦ ਖਜ਼ਰਾ ਦੀ ਚੋਟੀ ਤੋਂ ਮੈਂ ਵਾਰ ਦੇਵਾਂ ਮਿਲੇ ਤਾਜ ਸਿਕੰਦਰੀ ਜੇ ਸੋਹਣਿਆ ਮਿਲੇ ਤਾਜ ਸਿਕੰਦਰੀ ਜੇ ਸੋਹਣਿਆ ਤੇਰੇ ਨਾਲ ਨਾ ਤੋਂ ਮੈਂ ਵਾਰ ਦੇਵਾਂ ਆਕਾ ਇਹੋ ਸਦਰਾਂ ਨੇ ਸੀਨੇ ਵਿੱਚ ਪਾ ਲਈਆਂ ਆਕਾ ਇਹੋ ਸਦਰਾਂ ਨੇ ਸੀਨੇ ਵਿੱਚ ਪਾ ਲਈਆਂ ਚੁੰਮਾਂਗਾ ਮੈਂ ਕਦੋਂ ਜਾ ਕੇ ਰੋਜ਼ ਦੀਆਂ ਜਾਲੀਆਂ ਚੁੰਮਾਂਗਾ ਮੈਂ ਕਦੋਂ ਜਾ ਕੇ ਰੋਜ਼ ਦੀਆਂ ਜਾਲੀਆਂ ਸੱਜਣ ਉੱਤੇ ਤੇਰੀਆਂ ਆਕਾ ਸੱਜਣ ਉੱਤੇ ਤੇਰੀਆਂ ਅਤਾਵਾਂ ਕਦੋਣੀਆਂ ਸਾਡੇ ਵੱਲ ਸੋਹਣਿਆ ਨਿਗਾਹਾਂ ਕਦੋਣੀਆਂ ਦੱਸੋ ਮਨਜ਼ੂਰ ਦੁਆਵਾਂ ਕਦੋਣੀਆਂ ਸਾਡੇ ਵੱਲ ਸੋਹਣਿਆ ਅਖੀਰ ਜਮਾਵਤ ਜਾਗ ਨਾ ਲਵੋ ਤੇ ਕੀ ਫਾਇਦਾ ਖੀਰ ਜਮਾਵਣ ਦਾ ਆਲਮ ਬਣ ਕੇ ਤੇ ਅਮਲ ਨਾ ਕਰੀਏ ਕੀ ਫਾਇਦਾ ਪੜਨ ਪੜਾਵਣ ਦਾ ਦਿਲ ਦਾ ਸ਼ੀਸ਼ਾ ਸਾਫ਼ ਨਾ ਕਰੀਏ ਕੀ ਫਾਇਦਾ ਮੱਥੇ ਖਸਾਵਣ ਦਾ ਮੁਸਲਮੀਆਂ ਬਦ ਅਮਲ ਜੋ ਹੋਵੀਏ ਕੀ ਫਾਇਦਾ ਸੈਯਦ ਸਦਾਵਣ ਦਾ ਸਾਡੇ ਵੱਲ ਸੋਹਣਿਆ ਨਿਗਾਹਾਂ ਕਦੋਂ ਹੋਣੀਆਂ ਦੱਸੋ ਮਨਜ਼ੂਰ ਦੁਆਵਾਂ ਕਦੋਂ ਹੋਣੀਆਂ ਸਾਡੇ ਵੱਲ ਸੋਹਣਿਆ ਨਿਗਾਹਾਂ ਕਦੋਂ ਹੋਣੀਆਂ ਸਾਡੇ ਵੱਲ ਸੋਹਣਿਆ ਸਾਡੇ ਵੱਲ ਸੋਹਣਿਆ।